ਸਤਿਕਾਲ ਜੀ। ਨੈਕਸਟ ਆਪਣੀ ਅਭਿਆਸ ਹੈਗੀ ਅਕਾਟ, ਅਕਾਟ ਨੰਬਰ ਅਭਿਆਸ ਲਿਖੋ ਜੀ। ਉਨਤੇ ਦੇ ਦੌੜ ਵਿੱਚ ਸਮੂਹ ਪੱਛਮੀ ਦੇਸ਼ ਸਾਡੇ ਹਰੇਕ ਏਸ਼ੀਆਈ ਦੇਸ਼ਾਂ ਤੋਂ ਬਹੁਤ ਅੱਗੇ ਲੰਘ ਚੁੱਕੇ ਹਨ। ਡੰਡੀ ਉੱਥੇ ਹਰ ਛੋਟੇ ਬੱਚੇ ਵਾਸਤੇ ਉਚੇਚਾ ਅਲਾਉਂਸ ਮਿਲਦਾ ਹੈ। ਹਰ ਵਿਦਿਆਰਥੀ ਵਾਸਤੇ ਸਿੱਖਿਆ ਦੇ ਅਨੇਕ ਸੋਮੇ ਹਨ। ਹਰ ਬਜ਼ੁਰਗ ਵਾਸਤੇ ਲੋੜੀਂਦਾ ਸੁੱਖ ਅਤੇ ਸਹਾਇਤਾ ਹਾਜ਼ਰ ਹੈ। ਡੰਡੀ ਉੱਥੇ ਹਰ ਸਿੱਖਿਅਕ ਵਿਅਕਤੀ ਵਾਸਤੇ ਉਨਤੀ ਦੇ ਅਨੇਕ ਅਤੇ ਤਸੱਲੀ ਬਖਸ਼ ਵਸੀਲੇ ਆਸਾਨੀ ਨਾਲ ਮਿਲ ਜਾਂਦੇ ਹਨ। ਡੰਡੀ ਪਰਾ ਹਰ ਪੱਛਮੀ ਦੇਸ਼ ਵਿੱਚ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦਾ ਕੋਈ ਸਹਿਜ ਜਾਂ ਭੈ ਨਹੀਂ ਅਤੇ ਅੱਤਵਾਦ ਬਹੁਤ ਹੀ ਵਿਰਲਾ ਨਜ਼ਰ ਆਉਂਦਾ ਹੈ। ਡੰਡੀ ਡਿਊਟੀ ਨਿਭਾ ਰਹੇ ਹਰ ਵਿਅਕਤੀ ਦੇ ਕੰਮ ਦੀ ਗਤੀ ਇੰਨੀ ਜ਼ਿਆਦਾ ਹੈ ਕਿ ਸਾਡੇ ਦੇਸ਼ ਵਿੱਚ ਜੋ ਆਫਿਸ ਦਾ ਕੰਮ ਇੱਕ ਸਾਲ ਵਿੱਚ ਮੁਸ਼ਕਲ ਨਾਲ ਹੁੰਦਾ ਹੈ, ਹਰ ਯੂਰਪੀ ਜਾਂ ਪੱਛਮੀ ਦੇਸ਼ ਵਿੱਚ ਉਹ ਜਿਹਾ ਕੰਮ ਬਗੈਰ ਕਿਸੇ ਦੌੜ ਭੱਜ ਦੇ ਇੱਕ ਜਾਂ ਦੋ ਮਹੀਨੇ ਵਿੱਚ ਆਸਾਨੀ ਨਾਲ ਹੋ ਜਾਂਦਾ ਹੈ। ਡੰਡੀ ਇਹ ਵੀ ਹਕੀਕਤ ਹੈ ਕਿ ਉਹ ਲੋਕ ਸਮਝਦੇ ਹਨ ਅਤੇ ਇਸ ਸੋਚ ਵਿੱਚ ਵਿਸ਼ਵਾਸ ਰੱਖਦੇ ਹਨ ਕਿ ਮਾਇਆ ਕਮਾਉਣੀ ਹੀ ਉਨਤੀ ਦਾ ਪੈਮਾਨਾ ਹੈ। ਡੰਡੀ ਇਉਂ ਲੱਗਦਾ ਹੈ ਕਿ ਪੱਛਮੀ ਦੇਸ਼ਾਂ ਦੇ ਲੋਕ ਇਸ ਸੱਚਾਈ ਤੋਂ ਅਵੇਸਲੇ ਹਨ ਕਿ ਮਾਇਆ ਕਮਾਉਣੀ ਹੀ ਮਨੁੱਖ ਜਾਤੀ ਦੀ ਸਹੀ ਉਨਤੀ ਅਤੇ ਮੰਜ਼ਿਲ ਨਹੀਂ ਹੈ। ਡੰਡੀ